ਗੈਂਗਸਟਰਵਾਦ ਜਿਹੜਾ ਪੰਜਾਬ ਚ ਵਧਦਾ ਜਾ ਰਿਹਾ ਹੈ ਤੇ ਦੇਖਿਆ ਵੀ ਜਾ ਰਿਹਾ ਹੈ ਕਿ ਪੁਲਿਸ ਹੁਣ ਕੁਝ ਗੈਂਗਸਟਰਾਂ ਦੇ ਉੱਤੇ ਸਖਤੀ ਵੀ ਕਰ ਰਹੀ ਹੈ ਤੇ ਮੁਕਾਬਲੇ ਵੀ ਗੈਂਗਸਟਰ ਕਰ ਰਹੇ ਹਨ ਜਿਹਦੇ ਚੱਲਦਾ ਅੱਜ ਇੱਕ ਸੰਦਿਆਲਾ ਦੇ ਵਿੱਚ ਵੱਡਾ ਮੁਕਾਬਲਾ ਹੁੰਦਾ ਹੈ ਮੁਕਾਬਲਾ ਆਇਆ ਹੁੰਦਾ ਹੈ ਕਿ ਪਹਿਲਾਂ ਅਮਰਜੀਤ ਸਿੰਘ ਅਮਰੀ ਜੋ ਜਿਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਲੈ ਕੇ ਬਰਾਮਦਗੀ ਵਾਸਤੇ ਲੈ ਕੇ ਧਾਰੜਪਿੰਡ ਦੇ ਕੋਲ ਨਹਿਰ ਜਿਹੜੀ ਹੈ ਉਹਦੇ ਕੋਲ ਆਂਦੀ ਹੈ ਆਪਾਂ ਇਸ ਵਕਤ ਜਿੱਥੇ ਮੁਕਾਬਲਾ ਹੁੰਦਾ ਆਪਾਂ ਉੱਥੋਂ ਥੋੜੀ ਜਿਹੀ ਦੂਰ ਤਕਰੀਬਨ ਤਕਰੀਬਨ ਕਹਿ ਸਕਦੇ ਹਾਂ ਕਿ ਕਸੂਆ ਪਾਰ ਆਪਾਂ ਉੱਤੇ ਖੜੇ ਹਾਂ ਜਿੱਥੇ ਪੁਲਿਸ ਇਸ ਵੇਲੇ ਤਫਤੀਸ਼ ਵੀ ਕਰ ਰਹੀ ਹੈ ਸ਼ਾਨਬਿਨ ਵੀ ਕਰ ਰਹੀ ਹੈ ਪੁਲਿਸ ਖੜੀ ਵੀ ਹੈ ਤਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਉਹ ਮੌਕੇ ਦੀਆਂ ਤਸਵੀਰਾਂ ਹਨ ਜਿਹੜੀਆਂ ਪੁਲਿਸ ਦੀਆਂ ਜਿਹੜੀ ਤਫਤੀਸ਼ ਕਰ ਰਹੀ ਹੈ ਉਸ ਮੁਕਾਬਲੇ ਦੇ ਜਗ੍ਹਾ ਤੇ ਜਿਹੜਾ ਸਪੋਰਟ ਹੈ ਉਸ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਕਿ ਪੁਲਿਸ ਕਿਵੇਂ ਤਫਤੀਸ਼ ਕਰ ਰਹੀ ਹੈ ਉਸ ਤੋਂ ਕਿਉਂਕਿ ਮੁਕਾਬਲਾ ਹੁਣ ਖਤਮ ਹੋ ਚੁੱਕਾ ਹੈ ਆਪਾਂ ਤੇ ਗੈਂਗਸਟਰ ਨੂੰ ਮਾਰਿਆ ਵੀ ਜਾ ਚੁੱਕਾ ਹੈ ਇੱਕੋ ਹੀ ਗੈਂਗਸਟਰ ਸੀਗਾ ਅਮਰਜੀਤ ਸਿੰਘ ਅਮਰੀ ਦੇ ਨਾਮ ਦੇ ਜਿਹੜਾ ਗੈਂਗਸਟਰ ਤੇ ਜਿਹੜਾ ਇਸ ਵੇਲੇ ਜਾਂਚ ਚੱਲ ਰਹੀ ਹੈ ਕਿਉਂਕਿ ਉਸ ਨੂੰ ਉਸ ਨੂੰ ਦਿਖਾਣ ਹਾਲੇ ਸਾਨੂੰ মিডিਆ ਨੂੰ ਉੱਥੇ ਤੱਕ ਨ ਪਹੁੰਚ ਨਹੀਂ ਦਿੱਤਾ ਜਾ ਰਿਹਾ ਪੁਲਿਸ ਆਪਣੀ ਜਾਂਚ ਤੋਂ ਬਾਅਦ ਹੀ ਇਸ ਨੂੰ ਪੂਰੀ ਤਰ੍ਹਾਂ ਖੁਲਾਸਾ ਕਰੇਗੀ ਕਿ ਇੱਕ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਕੌਣ ਸੀ ਅਮਰਜੀਤ ਸਿੰਘ ਅਮਰੀਤ ਜੋ ਕਿਹਾ ਜਾਂਦਾ ਹੈ ਹੈਪੀ ਜੱਟ ਦੇ ਗੈਂਗ ਦੇ ਨਾਲ ਸਬੰਧਤ ਸੀ ਇਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰੀ ਤੋਂ ਬਾਅਦ ਬਰਾਮਦਗੀ ਵਾਸਤੇ ਜਿਸ ਜਗ੍ਹਾ ਤੇ ਦਰਸਾਇਆ ਜਾ ਰਿਹਾ ਇਸ ਵੇਲੇ ਆਪਾਂ ਖੜੇ ਹਾਂ ਜਿੱਥੇ ਪੁਲਿਸ ਇਸ ਵੇਲੇ ਜਾਂਚ ਕਰ ਰਹੀ ਹੈ ਜਿੱਥੇ ਮੁਕਾਬਲਾ ਹੁੰਦਾ ਹੈ ਉੱਥੇ ਲਿਆ ਕੇ ਉਹਨੂੰ ਆਂਦੀ ਹੈ ਤਾਂ ਜੋ ਜੋ ਵੀ ਬਰਾਮਦਗੀ ਜਿਹੜੀ ਉਹਨੇ ਇੱਕ ਚੀਜ਼ ਲੁਕੋਈ ਹੈ ਉਸ ਨੂੰ ਬਰਾਮਦ ਕੀਤਾ ਜਾ ਸਕੇ ਦੱਸਿਆ ਜਾ ਰਿਹਾ ਹੈ ਕਿ ਇੱਥੋਂ ਤਕਰੀਬਨ ਹੀਰੋਇਨ ਤੇ ਇੱਕ ਪਿਸਟਲ ਜਿਹਦੇ ਨਾਲ ਉਹ ਗੋਲੀ ਚਲਾਉਂਦਾ ਹੈ ਜਿਹothe ਦੱਬੀ ਹੁੰਦੀ ਆ ਉਸ ਨੂੰ ਲੈ ਕੇ ਉਹ ਗੋਲੀ ਚਲਾਉਂਦਾ ਹੈ ਪੁਲਿਸ ਦੇ ਉੱਤੇ ਤੇ ਪੁਲਿਸ ਵੀ ਜਵਾਬੀ ਫਾਇਰ ਕਰਦੀ ਹੈ ਜਿਹਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਹੋ ਜਾਂਦੀ ਤਾਂ ਉਸ ਤੋਂ ਬਾਅਦ ਅੱਜ ਪੁਲਿਸ ਜਿਹੜਾ ਜਾਂਚ ਤਫਤੀਸ਼ ਜਿਹੜੀ ਹੋ ਰਹੀ ਹੈ ਉਸ ਨੂੰ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਹੀ ਆਪਾਂ ਨਜ਼ਦੀਕ ਖੜੇ ਹਾਂ ਸਭ ਤੋਂ ਪਹਿਲਾਂ पीटीसी न्यूज़ ਦੇ ਉੱਤੇ ਇਸ ਨੂੰ ਦਿਖਾਇਆ ਜਾ ਰਿਹਾ ਕਿਉਂਕਿ ਹਾਲੇ ਪੁਲਿਸ ਨੇ ਇਸ ਸਾਨੂੰ ਮੀਡੀਆ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਪਰ ਆਪਾਂ ਕਿਸੇ ਤਰ੍ਹਾਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਜਿੱਥੇ ਮੁਕਾਬਲਾ ਹੁੰਦਾ ਹੈ ਇਸ ਤੋਂ 10 ਫੁੱਟ ਦੀ ਦੂਰੀ ਦੇ ਉੱਤੇ ਹੀ ਮੁਕਾਬਲਾ ਹੁੰਦਾ ਹੈ ਕੈਮਰਾਮੈਨ ਰਜਿੰਦਰ ਰਾਜਨਾਲ ਸੁਨੀਲ ਦੇਵਗਨ ਪੀटीसी نیوز ਜੰਡਿਆ